11 ਜੂਨ ਨੂੰ ਮਾਤਾ ਚਰਨ ਕੌਰ ਆਈ ਸੀ, ਸਾਰੇ ਆਏ ਸੀ, ਉਦੋਂ ਅਸੀਂ ਪੂਰੀ ਕਰਾਊਡ ਦੇ ਵਿੱਚ ਉਹਨਾਂ ਨੂੰ ਸੁੱਚੇ ਮੋਤੀ ਭੇਂਟ ਕਰੇ ਸੀ। ਸੁੱਚੇ ਮੋਤੀ ਭੇਂਟ ਕਰਕੇ ਅਸੀਂ ਇੱਥੋਂ ਅਰਦਾਸ ਵੀ ਕਰੀ ਸੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਵੀ, ਅਤੇ ਮੈਂ ਜੁੱਤੀ ਦਾ ਤਿਆਗ ਵੀ ਕਰਿਆ ਸੀ। ਅੱਜ ਉਹ ਅਰਦਾਸਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਅਤੇ ਪਰਿਵਾਰ ਉਹ ਜੁੱਤੀ ਪਹਿਨਾਉਣ ਦੇ ਲਈ ਅਤੇ ਅੱਜ ਇਸ ਸਮਾਗਮ ਵਿੱਚ ਸ਼ਾਮਿਲ ਹੋ ਰਿਹਾ। ਅਖੰਡ ਪਾਠ ਸਾਹਿਬ ਦੇ ਭੋਗ ਚੱਲ ਰਹੇ ਨੇਗੇ, ਉੱਧਰੋਂ ਬਾਬਾ ਜੀ ਦਾ ਸਰੂਪ ਆ ਜਿਹੜਾ ਬੜੇ ਆਦਰ ਸਤਿਕਾਰ ਨਾਲ ਇੱਥੇ ਲਿਆਉਂਦੇ ਜਾਣਗੇ, ਫਿਰ ਇੱਥੇ ਦੀਵਾਨ ਲੱਗਣੇ ਨੇ, ਇੱਥੇ ਸਿੱਧੂ ਪਰਿਵਾਰ ਸ਼ਾਮਿਲ ਹੋਏ। ਮਾਤਾ ਜੀ ਨੂੰ ਬੇਨਤੀ ਕਰਕੇ ਆਏ ਸੀ ਵੀ ਬਾਕੀ ਪਰਿਵਾਰ ਆ ਜੇ, ਛੋਟਾ ਸਿੱਧੂ ਅਤੇ ਤੁਸੀਂ ਪਤੀਆਂ 'ਤੇ ਬੁਲਾਵਾਂਗੇ, ਪਰ ਉਹ ਕਹਿ ਰਹੇ ਸੀ ਕਹਿੰਦੇ ਸੀ ਅਸੀਂ ਆਵਾਂਗੇ। ਛੋਟੇ ਸਿੱਧੂ ਨੂੰ ਘੋੜੀਆਂ ਦੇਣੀਆਂ ਨੇ ਅਤੇ ਇੱਥੇ ਗਿੱਧੇ ਦਾ ਪਿੜ ਵੀ ਆ ਜਿਹੜਾ ਉਹ ਵੀ ਸਜੇਗਾ, ਕਿਉਂਕਿ ਖੁਸ਼ੀਆਂ ਦਾ ਮਾਹੌਲ ਹੈ ਨਾ, ਪੂਰੇ ਰਵਾਇਤੀ ਢੰਗ ਦੇ ਨਾਲ ਉਹਨਾਂ ਨੂੰ ਮਾਤਾ ਨੂੰ ਇੱਕ ਸ਼ੁਸ਼ਕ ਦੇ ਰੂਪ ਦੇ ਵਿੱਚ ਬਹੁਤ ਸਾਰੇ ਤੋਹਫੇ ਨੇ ਜਿਹੜੇ ਉਹ ਅਸੀਂ ਦੇਣੇ ਨੇ। ਛੋਟੇ ਸਿੱਧੂ ਲਈ ਬੜਾ ਕੁਛ ਅਸੀਂ ਉਲੀਕਿਆ, ਅਸੀਂ ਤਾਂ ਕਹਿ ਰਹੇ ਹਾਂ, ਅਸੀਂ ਤਾਂ 200% ਇਹੀ ਕਹਿ ਰਹੇ ਵੀ ਸਾਡਾ ਆਪਣਾ ਵੱਡਾ ਸਿੱਧੂ ਵਾਪਸ ਆਇਆ। ਸੁਪਨੇ ਸਿੱਧੂ ਦੇ ਅਧੂਰੇ ਰਹਿ ਗਏ ਸੀਗੇ, ਉਹ ਛੋਟਾ ਸਿੱਧੂ ਪੂਰੇ ਕਰੂਗਾ। ਅਸੀਂ ਉਹਨਾਂ ਦੀ, ਅਸੀਂ ਤਾਂ ਵਾਹਿਗੁਰੂ ਅੱਗੇ ਉਹਨਾਂ ਲਈ ਅਰਦਾਸਾਂ ਕਰ ਸਕਦੇ ਹਾਂ ਅਤੇ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਕਹਿੰਦੇ ਵੀ ਬਾਪੂ ਜੀ ਅਤੇ ਮਾਤਾ ਦੀ ਉਮਰ ਹੈ ਨਾ ਲੋਕ ਗੀਤ ਵਾਂਗ ਲੰਬੀ ਹੋਵੇ, ਉਹ ਆਪਣੇ ਪੋਤੇ ਖੜਾਉਣ। ਬਿਲਕੁਲ, ਇਸ ਵਕਤ ਅਸੀਂ ਇੱਥੇ ਹਾਂ ਸਮਾਓ ਪਿੰਡ, ਜਿੱਥੇ ਪੰਜਾਬੀ ਲੋਕ ਗਾਇਕ ਪਾਲ ਸਿੰਘ ਸਮਾਓ ਸਾਡੇ ਨਾਲ ਨੇ। ਕੁਛ ਹੀ ਦੇਰ 'ਚ ਇੱਥੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਪਹੁੰਚਣ ਵਾਲੇ ਹੈ ਅਤੇ ਇੱਥੇ ਕਿਉਂਕਿ ਅਰਦਾਸ ਕੀਤੀ ਜਾ ਰਹੀ ਹੈ ਅਤੇ ਪਾਲ ਸਿੰਘ ਸਮਾਓ ਸਾਡੇ ਨਾਲ ਨੇ। ਪਾਲ ਸਿੰਘ ਸਮਾਓ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ। ਹਾਂਜੀ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਵੀ ਸਵਾਗਤ ਕਰਦੇ ਹਾਂ। ਤੁਸੀਂ ਸਾਡੀ ਇਸ ਖੁਸ਼ੀਆਂ ਦੀ ਘੜੀ ਦੇ ਵਿੱਚ ਸ਼ਾਮਿਲ ਹੋਏ ਹਾਂ ਅਤੇ ਜਿੰਨੇ ਵੀ ਸਾਨੂੰ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਇਸ ਖੁਸ਼ੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਬਹੁਤ ਸਾਰੀਆਂ ਵਧਾਈਆਂ ਅਤੇ ਧੰਨਵਾਦ ਵੀ ਕਰਦੇ ਹਾਂ। ਪਿਛਲੇ ਸਾਲ ਤੁਸੀਂ ਇੱਕ ਸੰਕਲਪ ਕਹਿ ਲਈ ਲਿਆ ਸੀ, ਤੁਸੀਂ ਜੁੱਤੀਆਂ ਤਿਆਗਤੀਆਂ ਸੀ ਕਿ ਜਦ ਤੱਕ ਸਿੱਧੂ ਪਰਿਵਾਰ 'ਚ ਖੁਸ਼ੀਆਂ ਦੁਬਾਰਾ ਨਹੀਂ ਆਉਂਦੀਆਂ ਮੈਂ ਜੁੱਤੀ ਨਹੀਂ ਪਾਊਂਗਾ। ਅੱਜ ਉਹ ਸਮਾਂ ਆ ਗਿਆ ਜੁੱਤੀ ਪਾਉਣ ਵਾਲੇ। ਬਿਲਕੁਲ ਜੀ, ਆਪਾਂ ਇਹ ਉਸ ਜਗ੍ਹਾ 'ਤੇ ਖੜ੍ਹੇ ਹਾਂ ਜੋ ਜਿੱਥੋਂ ਦੀਆਂ ਵਿਸ਼ਵ ਪ੍ਰਸਿੱਧ ਤੀਆਂ, ਬੜੀਆਂ ਫੇਮਸ ਤੀਆਂ ਨੇ, ਇੱਥੋਂ ਤੀਆਂ ਦੁਬਾਰਾ ਸੁਰਜੀਤ ਹੋਈਆਂ ਨੇ। ਪਿਛਲੀ ਵਾਰ ਇਹਦੇ ਪਿੱਛੋਂ ਪਿੱਛੋਂ ਬੋਰਡ ਵੀ ਲੱਗਿਆ ਹੋਇਆ, ਉਦੋਂ ਅਸੀਂ 11 ਜੂਨ ਨੂੰ ਮਾਤਾ ਚਰਨ ਕੌਰ ਆਈ ਸੀ, ਸਾਰੇ ਆਏ ਸੀ, ਉਦੋਂ ਅਸੀਂ ਪੂਰੀ ਕਰਾਊਡ ਦੇ ਵਿੱਚ ਉਹਨਾਂ ਨੂੰ ਸੁੱਚੇ ਮੋਤੀ ਭੇਂਟ ਕਰੇ ਸੀ। ਸੁੱਚੇ ਮੋਤੀ ਭੇਂਟ ਕਰਕੇ ਅਸੀਂ ਇੱਥੋਂ ਅਰਦਾਸ ਵੀ ਕਰੀ ਸੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਵੀ, ਅਤੇ ਮੈਂ ਜੁੱਤੀ ਦਾ ਤਿਆਗ ਵੀ ਕਰਿਆ ਸੀ। ਸੋ ਅੱਜ ਉਹ ਸਾਡੀਆਂ ਅਰਦਾਸਾਂ ਪ੍ਰਵਾਨ ਹੋਈਆਂ ਨੇ, ਅੱਜ ਉਹ ਅਰਦਾਸਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਅਤੇ ਪਰਿਵਾਰ ਉਹ ਜੁੱਤੀ ਪਹਿਨਾਉਣ ਦੇ ਲਈ ਅਤੇ ਅੱਜ ਇਸ ਸਮਾਗਮ ਵਿੱਚ ਸ਼ਾਮਿਲ ਹੋ ਰਿਹਾ ਅਤੇ ਬੜਾ ਕੁਛ ਹੋਣ ਵਾਲਾ ਗਾ ਅਤੇ ਬਸ ਕੁਝ ਪਲਾਂ ਦੇ ਵਿੱਚ ਪਹਿਲਾਂ ਇੱਥੇ ਕੀਰਤਨ ਦੀਵਾਨ ਸਜਣੇ ਨੇਗੇ ਅਤੇ ਭੋਗ ਪੈਣਾ ਗਾ, ਉੱਧਰ ਅਖੰਡ ਪਾਠ ਸਾਹਿਬ ਦੇ ਭੋਗ ਚੱਲ ਰਹੇ ਨੇਗੇ, ਉੱਧਰੋਂ ਬਾਬਾ ਜੀ ਦਾ ਸਰੂਪ ਆ ਜਿਹੜਾ ਬੜੇ ਆਦਰ ਸਤਿਕਾਰ ਨਾਲ ਇੱਥੇ ਲਿਆਉਂਦੇ ਜਾਣਗੇ, ਫਿਰ ਇੱਥੇ ਦੀਵਾਨ ਲੱਗਣੇ ਨੇ, ਇੱਥੇ ਸਿੱਧੂ ਪਰਿਵਾਰ ਸ਼ਾਮਿਲ ਹੋਏਗਾ। ਪਰਿਵਾਰ 'ਚ ਕੌਣ ਕੌਣ ਸ਼ਾਮਿਲ ਹੋਏ? ਜੂਨੀਅਰ ਸਿੱਧੂ ਕਹਿ ਲਈਏ, ਉਹ ਆ ਰਹੇ ਨੇ ਸੁਭਾਵਨਾ ਹੈ ਨਾ, ਪਰ ਮੇਰੀ ਗੱਲ ਹੋਈ ਆ ਤਾਂ, ਕਿਉਂਕਿ ਖੁਸ਼ੀ ਦਾ ਮੌਕਾ ਕਿ ਪਰਿਵਾਰ ਆਊਗਾ ਤਾਂ ਕਈ ਵਾਰ ਜ਼ਿਆਦਾ ਕਰਾਊਡ ਕਰਕੇ ਹੋ ਸਕਦਾ, ਕਿਸੇ ਰੀਜ਼ਨ ਕਰਕੇ ਮੈਂ ਮਾਤਾ ਜੀ ਨੂੰ ਬੇਨਤੀ ਕਰਕੇ ਆਏ ਸੀ ਵੀ ਬਾਕੀ ਪਰਿਵਾਰ ਆ ਜੇ, ਛੋਟਾ ਸਿੱਧੂ ਅਤੇ ਤੁਸੀਂ ਪਤੀਆਂ 'ਤੇ ਬੁਲਾਵਾਂਗੇ, ਪਰ ਉਹ ਕਹਿ ਰਹੇ ਸੀ ਕਹਿੰਦੇ ਨੇ ਅਸੀਂ ਆਵਾਂਗੇ, ਪਰ ਹਜੇ ਮੈਨੂੰ ਇਸ ਦਾ ਕਲੀਅਰ ਨਹੀਂ, ਪਰ ਪਰਿਵਾਰ ਆ ਰਿਹਾ ਸਾਰਾ। ਹਾਂਜੀ, ਇਸ ਤੋਂ ਇਲਾਵਾ ਆਪਾਂ ਨਾਲ ਚੱਲਦੇ ਵੀ ਰਹੀਏ, ਤਿਆਰੀਆਂ ਕੀ ਕੁਛ ਨੇ? ਤੁਸੀਂ ਕਿਹਾ ਬਹੁਤ ਕੁਛ ਹੋਣ ਜਾ ਰਿਹਾ ਹੈ ਨਾ, ਕੀ ਕੁਛ? ਪਹਿਲਾਂ ਧਾਰਮਿਕ ਦੀਵਾਨ ਸੱਜਣੇ ਨੇ, ਅਖੰਡ ਪਾਠ ਸਾਹਿਬ ਦੇ ਭੋਗ ਚੱਲੀ ਜਾਂਦੇ ਨੇ, ਉਸ ਤੋਂ ਬਾਅਦ ਜਦੋਂ ਬਾਬਾ ਜੀ ਦਾ ਸਰੂਪ ਆ ਇੱਥੋਂ ਚਲੇ ਜਾਣਗੇ, ਉਸ ਤੋਂ ਬਾਅਦ ਆਪਣੀਆਂ ਸਾਰੀਆਂ ਧੀਆਂ ਪੂਰੇ ਪੰਜਾਬ ਤੋਂ ਇੱਥੇ ਆਈਆਂ ਨੇ, ਉਹਨਾਂ ਨੇ ਬਾਪੂ ਜੀ ਦੇ ਨਾਲ ਉਹ ਖੁਸ਼ੀਆਂ ਸਾਂਝੀਆਂ ਕਰਨੀਆਂ ਨੇ, ਛੋਟੇ ਸਿੱਧੂ ਨੂੰ ਘੋੜੀਆਂ ਦੇਣੀਆਂ ਨੇ ਅਤੇ ਇੱਥੇ ਗਿੱਧੇ ਦਾ ਪਿੜ ਵੀ ਆ ਜਿਹੜਾ ਉਹ ਵੀ ਸਜੇਗਾ, ਕਿਉਂਕਿ ਖੁਸ਼ੀਆਂ ਦਾ ਮਾਹੌਲ ਹੈ ਨਾ, ਪੂਰੇ ਰਵਾਇਤੀ ਢੰਗ ਦੇ ਨਾਲ ਉਹਨਾਂ ਨੂੰ ਮਾਤਾ ਨੂੰ ਇੱਕ ਸ਼ੁਸ਼ਕ ਦੇ ਰੂਪ ਦੇ ਵਿੱਚ ਬਹੁਤ ਸਾਰੇ ਤੋਹਫੇ ਨੇ ਜਿਹੜੇ
ਉਹ ਅਸੀਂ ਦੇਣੇ ਨੇ। ਛੋਟੇ ਸਿੱਧੂ ਲਈ ਬੜਾ ਕੁਛ ਅਸੀਂ ਉਲੀਕਿਆ ਅਤੇ ਬਹੁਤ ਸਾਰੀਆਂ ਸੌਗਾਤਾਂ ਨੇ ਉਸ ਪਰਿਵਾਰ ਨੂੰ, ਉਸ ਪਰਿਵਾਰ ਦੀ ਲੰਬੀ ਉਮਰ ਦੇ ਲਈ, ਉਸ ਸਿੱਧੂ ਦੀ ਬਹੁਤ ਤਰੱਕੀ ਦੇ ਲਈ ਜਿਹੜੀਆਂ ਅਰਦਾਸਾਂ ਨੇ ਅਸੀਂ ਫਿਰ ਇਸ ਸਟੇਜ 'ਤੇ ਕਰਨੀਆਂ ਨੇ। ਜਦੋਂ ਇਹ ਖੁਸ਼ਖਬਰੀ ਆਈ ਗੁਰਦਾਸ ਮਾਨ ਰਾਜਾ ਬਣੇ, ਬੜੇ ਸਾਰੇ ਲੋਕ ਆਏ, ਉਹਨੇ ਕਿਹਾ ਕੁਦਰਤ ਨੂੰ ਹੀ ਚਮਤਕਾਰ ਕਰਤਾ ਇੱਕ ਤਰੀਕੇ ਨਾਲ, ਮਾਤਾ ਜੀ ਦੀ ਜਿਹੜੀ ਉਮਰ ਹੈ ਉਸ ਤੋਂ ਬਾਅਦ ਇਹ ਖੁਸ਼ੀਆਂ ਆਈਆਂ ਨੇ, ਹੈ ਨਾ। ਇਹ ਅਰਦਾਸਾਂ ਨੇ ਲੋਕਾਂ ਦੀਆਂ, ਇਹ ਕੀ ਹੈ? ਤੁਸੀਂ ਦੇਖੋ ਗੁਰੂ ਰਾਮਦਾਸ ਜੀ ਦੀ ਬਹੁਤ ਵੱਡੀ ਮਿਹਰ ਹੋਈ ਹੈ ਜੀ, ਅਕਾਲ ਪੁਰਖ ਵਾਹਿਗੁਰੂ ਜੀ। ਦੇਖੋ ਕਰੋੜਾਂ ਲੋਕਾਂ ਨੇ ਅਰਦਾਸਾਂ ਕਰੀਆਂ ਨੇ ਅਤੇ ਇੱਥੇ ਸਾਬਤ ਕਰਤਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਮੌਜੂਦ ਆ, ਤਾਂ ਉਸ ਵਾਹਿਗੁਰੂ ਜੀ ਨੇ ਹਜ਼ਾਰਾਂ ਅਰਦਾਸਾਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਦੇ ਘਰ ਦੁਬਾਰਾ ਬੱਚੇ ਦੀ ਕਲਕਾਰੀ ਵੱਜੀ ਆ। ਅਸੀਂ ਤਾਂ ਕਹਿ ਰਹੇ ਹਾਂ, ਅਸੀਂ ਤਾਂ 200% ਇਹੀ ਕਹਿ ਰਹੇ ਵੀ ਸਾਡਾ ਆਪਣਾ ਵੱਡਾ ਸਿੱਧੂ ਵਾਪਸ ਆਇਆ, ਹੈ ਨਾ। ਅਤੇ ਇਸ ਕਰਕੇ ਵੀ ਉਸ ਪਰਿਵਾਰ ਦੇ ਵਿੱਚ ਹੁਣ ਬਹੁਤ ਸਾਰੀਆਂ ਰੌਣਕਾਂ ਨੇ, ਮਾਤਾ ਹੋਰਾਂ ਦੇ ਚਿਹਰੇ 'ਤੇ ਬੜੀਆਂ ਰੌਣਕਾਂ ਨੇ, ਬੜਾ ਚੰਗਾ ਲੱਗਦਾ। ਅਤੇ ਸੋ ਅਸੀਂ ਤਾਂ ਇਹੀ ਅਰਦਾਸ ਕਰਨੀ ਵੀ ਸਦਾ ਉਸ ਹਵੇਲੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹੇ ਅਤੇ ਇਸੇ ਤਰ੍ਹਾਂ ਜਿਵੇਂ ਪਹਿਲਾਂ ਬਾਈ ਨੇ ਬਹੁਤ ਸਾਰੀ ਤਰੱਕੀ ਕਰੀ ਆ, ਛੋਟਾ ਸਿੱਧੂ ਵੀ ਇਦੋਂ ਵੱਧ ਬੁਲੰਦੀਆਂ ਦੇ ਉੱਤੇ ਜਾਵੇ ਅਤੇ ਉਹ ਵੀ ਇਸੇ ਤਰ੍ਹਾਂ ਇੰਡਸਟਰੀ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੇ। ਸੰਡੇ ਹੈ ਅੱਜ, ਸੰਡੇ ਦਾ ਦਿਨ ਹੁੰਦਾ ਸੀ ਜਦ ਲੋਕ ਸਿੱਧੂ ਪਰਿਵਾਰ ਨੂੰ ਮਿਲਣ ਜਾਂਦੇ ਸੀ, ਅਫਸੋਸ ਕਰਨ ਜਾਂਦੇ ਸੀਗੇ। ਹੁਣ ਇਹ ਸੰਡੇ ਉਹ ਮਨਾਇਆ ਜਾਇਆ ਕਰੇਗਾ ਜਦ ਛੋਟੇ ਸਿੱਧੂ ਨੂੰ ਸਾਰੇ ਮਿਲਣ ਜਾਣ। ਹਾਂ ਬਿਲਕੁਲ ਬਿਲਕੁਲ, ਹੁਣ ਉੱਥੇ ਤਾਂ ਦੇਖੋ ਜਦੋਂ ਦਾ 17 ਮਾਰਚ ਤੋਂ ਲੈ ਕੇ ਲਗਾਤਾਰ ਉਸ ਹਵੇਲੀ ਦੇ ਵਿੱਚ ਭੰਗੜੇ ਪੈ ਰਹੇ ਨੇ, ਬੋਲੀਆਂ ਪੈ ਰਹੀਆਂ ਅਤੇ ਲੋਕ ਬੜੀਆਂ ਸੌਗਾਤਾਂ ਲੈ ਆ ਰਹੇ ਨੇ ਅਤੇ ਬੜਾ ਚੰਗਾ ਲੱਗਦਾ। ਅਤੇ ਖੁਸ਼ੀ ਦੀ ਗੱਲ ਇਹ ਹੈ ਵੀ ਪਿਛਲੀ ਵਾਰ ਵੀ 11 ਜੂਨ ਨੂੰ ਸਿੱਧੂ ਦਾ ਜਿਹੜਾ ਜਨਮ ਦਿਨ ਸੀ ਉਹ ਵੀ ਇੱਥੇ ਮਨਾਇਆ ਸੀ, ਅੱਜ ਛੋਟੇ ਸਿੱਧੂ ਦਾ ਜਨਮ ਦਿਨ ਵੀ ਇੱਥੇ ਮਨਾ ਰਹੇ ਹਾਂ ਅਸੀਂ ਅਤੇ ਬਹੁਤ ਸਾਰਾ ਇੱਥੇ ਮਤਲਬ ਕਿ ਲੋਕਾਂ ਦੀ ਵੱਡੀ ਗਿਣਤੀ ਦੇ ਵਿੱਚ ਲਤਾਗਾਤ ਲੱਗਣੀ ਆ ਲੋਕਾਂ ਦੀ ਅਤੇ ਵਾਹਿਗੁਰੂ ਦਾ ਸਿਮਰਨ। ਸਭ ਤੋਂ ਵੱਡੀ ਗੱਲ ਦੇਖੋ, ਅਕਾਲ ਪੁਰਖ ਵਾਹਿਗੁਰੂ ਉਸ ਤੋਂ ਵੱਡੀ ਕੋਈ ਚੀਜ਼ ਨਹੀਂ, ਉਸ ਵਾਹਿਗੁਰੂ ਜੀ ਦੇ ਹਜ਼ੂਰ ਦੇ ਵਿੱਚ ਬੜੀ ਮਰਿਆਦਾ ਦੇ ਨਾਲ ਸਾਰਾ ਸਮਾਗਮ ਹੋਵੇਗਾ। ਉਸ ਤੋਂ ਬਾਅਦ ਦੁਪਹਿਰ ਜਦੋਂ ਸਾਰੇ ਇਕੱਤਰ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਜੋ ਸਾਡਾ ਪੰਜਾਬੀ ਕਲਚਰ ਆ ਉਹਦੇ ਰੀਤਾਂ ਰਿਵਾਜ਼ਾਂ ਦੇ ਨਾਲ ਅਸੀਂ ਮਾਤਾ ਜੀ ਨੂੰ ਬਹੁਤ ਸਾਰੇ ਤੋਹਫੇ ਭੇਂਟ ਕਰਨੇ ਨੇ। ਉਸ ਤੋਂ ਬਾਅਦ ਇੱਥੇ ਘੋੜੀਆਂ ਵੀ ਲਾਉਣੀਆਂ ਨੇ ਕੁੜੀਆਂ ਨੇ, ਉਹਨਾਂ ਨੂੰ ਸ਼ਗਨਾਂ ਦੇ ਗੀਤ ਵੀ ਗਾਉਣੇ ਨੇ ਅਤੇ ਸ਼ਾਮ ਵੇ ਪੈਂਦਿਆਂ ਹੀ ਇੱਥੇ ਗਿੱਧੇ ਦਾ ਬਹੁਤ ਵੱਡਾ ਜਿਹੜਾ ਭੇੜਾ ਉਹ ਸਜੇਗਾ। ਇੱਕ ਚੀਜ਼ ਹੋਰ, ਹਮੇਸ਼ਾ ਵੈਲਕਮ ਕੀਤਾ ਜਾਂਦਾ ਨਾ ਆਪਣੇ ਪੰਜਾਬੀ ਟ੍ਰੈਡੀਸ਼ਨ ਦੇ ਲਈ, ਵੈਲਕਮ ਕਿਵੇਂ ਕੀਤਾ ਜਾਵੇ? ਵੈਲਕਮ ਸਾਡਾ ਬਹੁਤ ਵੱਡੇ ਢੰਗ ਦੇ ਨਾਲ ਅਸੀਂ ਵੈਲਕਮ ਉਹਨਾਂ ਦਾ ਕਰਨਾਗਾ ਅਤੇ ਫੁੱਲਾਂ ਦੀ ਵਰਖਾ ਲਾ ਕੇ ਸਾਡੇ ਰਵਾਇਤੀ ਗੀਤਾਂ ਦੇ ਨਾਲ ਅਤੇ ਸਾਡੇ ਢੋਲ ਢਮੱਕਿਆਂ ਦੇ ਨਾਲ, ਫੋਕ ਸਾਜ਼ਾਂ ਦੇ ਨਾਲ ਗੀਤ ਹੋਣਗੇ। ਕੋਈ 2 ਲਾਈਨਾਂ ਜੇ ਤੁਸੀਂ ਦੱਸ ਸਕੋ? ਉਹ ਅਸੀਂ ਸਰਪ੍ਰਾਈਜ਼ ਆ, ਬਸ ਸਰਪ੍ਰਾਈਜ਼ ਅਸੀਂ ਉਹਦੀ ਦੱਸ। ਨਵਾਂ ਕੁਝ ਲਿਖਿਆ? ਹਾਂ ਬਹੁਤ ਕੁਛ ਨਵਾਂ, ਬਿਲਕੁਲ ਹਾਂਜੀ। ਕੁਛ ਹੀ ਦੇਰ ਕਿਉਂਕਿ ਹੁਣੇ 9:15 ਹੋ ਚੁੱਕੇ ਨੇ, 9:15 ਹੋ ਚੁੱਕੇ ਨੇ ਤੇ ਆਹ ਤੁਸੀਂ ਤਸਵੀਰ ਇੱਕ ਵਾਰ ਦੇਖੋ। ਇਹ ਵੀ ਨਾਲ ਇਹ ਸਵਾਗਤੀ ਟੀਮ ਹੈ ਸਾਡੀ ਬੈਂਡ, ਇਹ ਇਹਨਾਂ ਦੀਆਂ ਅਰਦਾਸਾਂ ਦੇਖੋ। ਇਹ ਬੈਂਡ ਬੜਾ ਫੇਮਸ ਬੈਂਡ ਹੈ ਜਗਰਾਉਂ ਦਾ ਤੇ ਜਦੋਂ ਵੀ ਬਾਪੂ ਜੀ ਆਏ ਨੇ ਸਾਡਾ ਸਮਾਗਮ ਹੁੰਦਾ, ਸਾਡਾ ਇਹਨਾਂ ਬਿਨਾਂ ਸਮਾਗਮ ਅਧੂਰਾ ਹੈ ਨਾ। ਇਹ ਸਾਡੇ ਇਸ ਸਮਾਗਮ ਦਾ ਬੜਾ ਅੱਛਾ ਹਿੱਸਾ ਨੇ ਤੇ ਬੜੇ ਪਿਆਰੇ। ਦੇਖੋ ਮੁੰਡੇ ਦੀ ਪਰਸਨੈਲਿਟੀ ਦੇਖੋ, ਸੋਹਣੇ ਸੁਨੱਖੇ ਗੱਭਰੂ, ਦਸਤਾਰਾਂ ਦੇਖੋ ਤੁਸੀਂ ਹੈ ਨਾ। ਇਹੀ ਸਾਡਾ ਕਲਚਰ ਹੈ, ਅਸੀਂ ਇਹਨਾਂ ਦਾ ਜੁੜਨਾ, ਸਾਡੇ ਕਲਚਰ ਨੂੰ ਦੇਖੋ, ਸਾਡੀ ਦਸਤਾਰ, ਸਾਡੀ ਸਰਦਾਰੀ, ਸਾਡਾ ਉਹ ਸੱਭਿਆਚਾਰ ਸਾਰਾ ਕੁਛ ਜੀਵਤ ਹੈ। ਸੋ ਮੈਂ ਕਹਿੰਦਾ ਸਭ ਤੋਂ ਵੱਡੀਆਂ ਅਰਦਾਸਾਂ ਤਾਂ ਇਹਨਾਂ ਦੀਆਂ ਨੇ, ਇਹਨਾਂ ਦੀਆਂ ਧੁਨਾਂ ਦੇ ਉੱਤੇ ਅਸੀਂ ਦੁਬਾਰਾ ਖੁਸ਼ੀਆਂ ਲੈ ਕੇ ਆਉਂਦੀਆਂ ਨੇ। ਬਾਕੀ ਤੁਸੀਂ ਗੱਲਬਾਤ ਕਰ ਸਕਦੇ ਨਾਲ, ਘੱਟ ਲੋਕ ਹੀ ਨੇ ਜਿਨ੍ਹਾਂ ਨੇ ਅੱਜ ਵੀ ਵਿਰਸਾ ਸਾਂਭਿਆ ਹੋਇਆ। ਤੁਸੀਂ ਵਿਰਸਾ ਸਾਂਭਿਆ ਹੋਇਆ, ਇਹ ਵਿਰਸੇ ਨੂੰ ਪ੍ਰਮੋਟ ਵੀ ਨਾਲ ਕਰਦੇ ਰਹਿੰਦੇ ਹੋ, ਹੈ ਨਾ। ਹਾਂਜੀ ਹਾਂਜੀ, ਸਿੱਧੂ ਪਰਿਵਾਰ ਤੁਹਾਡੇ ਨਾਲ ਜੁੜਿਆ ਹੋਇਆ ਹੈ। ਅਸੀਂ ਛੋਟੇ ਸਿੱਧੂ ਦੀ ਗੱਲ ਕਰ ਲਈਏ, ਇੱਕ ਫਲੇਵਰ ਇੱਕ ਵਿਰਸੇ ਦਾ ਉਹ ਤੁਹਾਡੇ ਤੋਂ ਵੀ ਮਿਲੂਗਾ ਫਿਰ? ਬਿਲਕੁਲ ਜੀ, ਦੇਖੋ ਅਸੀਂ ਤਾਂ ਸਾਨੂੰ ਤਾਂ ਆਸਾ ਹੀ ਇਹ ਨੇ, ਜੋ ਸੁਪਨੇ ਸਿੱਧੂ ਦੇ ਅਧੂਰੇ ਰਹਿ ਗਏ ਸੀਗੇ ਉਹ ਛੋਟਾ ਸਿੱਧੂ ਪੂਰੇ ਕਰੂਗਾ। ਅਸੀਂ ਉਹਨਾਂ ਦੀ, ਅਸੀਂ ਤਾਂ ਵਾਹਿਗੁਰੂ ਅੱਗੇ ਉਹਨਾਂ ਲਈ ਅਰਦਾਸਾਂ ਕਰ ਸਕਦੇ ਹਾਂ ਅਤੇ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਕਹਿੰਦੇ ਵੀ ਬਾਪੂ ਜੀ ਅਤੇ ਮਾਤਾ ਦੀ ਉਮਰ ਹੈ ਨਾ ਲੋਕ ਗੀਤ ਵਾਂਗ ਲੰਬੀ ਹੋਵੇ, ਉਹ ਆਪਣੇ ਪੋਤੇ ਖੜਾਉਣ, ਹੈ ਨਾ। ਤਾਂ ਸਾਡਾ ਸਾਰਾ ਫੋਕਸ ਜਿਹੜਾ ਛੋਟੇ ਸਿੱਧੂ 'ਤੇ ਆ ਵੀ ਅਸੀਂ ਉਸ ਬੱਚੇ ਦੇ ਲਈ ਅਰਦਾਸਾਂ ਕਰਨੀਆਂ ਨੇ, ਉਹਦੀ ਤੰਦਰੁਸਤੀ ਭਾਲਦੇ ਹਾਂ। ਤਾਂ ਜਿਹੜੇ ਬਹੁਤ ਸਾਰੇ ਕੰਮ ਨੇ, ਇਕੱਲਾ ਗਾਇਕੀ ਨਹੀਂ, ਸਿੱਧੂ ਨੇ ਬਹੁਤ ਸਾਰੇ ਕੰਮ ਕਰਨੇ ਸੀ ਸਾਡੇ ਇਲਾਕੇ 'ਚ, ਚੰਗੇ ਹੋਸਪਿਟਲ ਖੋਲ੍ਹਣੇ ਸੀ, ਚੰਗੀ ਇੰਡਸਟਰੀ ਲੈ ਕੇ ਆਉਣੀ ਸੀਗੀ, ਹੈ ਨਾ। ਅਤੇ ਭਾਵੇਂ ਅਸੀਂ ਇਸ ਲਾਈਨ ਦੇ ਵਿੱਚ, ਅਸੀਂ ਅੱਗੇ ਹੋ ਕੇ
ਸਾਥ ਦੇਵਾਂਗੇ ਅਸੀਂ ਹਰ ਪੱਖੋਂ ਤਨ ਮਨ ਧਨ ਦੇ ਨਾਲ, ਪਰ ਅਸੀਂ ਸਿੱਧੂ ਨੂੰ ਭੁਲਾ ਨਹੀਂ ਸਕਦੇ ਕਦੇ ਵੀ, ਭੁਲਾ ਇਸ ਕਰਕੇ ਵੀ ਨਹੀਂ ਸਕਦੇ। ਮੈਂ ਇਹ ਵੀ ਪੁੱਛਣਾ ਚਾਹੂੰਗਾ ਇੱਕ ਸਵਾਲ, ਜਦ ਚੱਪਲਾਂ ਤਿਆਗਤੀਆਂ ਸੀ ਤੁਸੀਂ, ਹੈ ਨਾ, ਸਰਦੀਆਂ ਦਾ ਮਹੀਨਾ ਸੀਗਾ, ਸਿਆਲ ਦਾ, ਫਰਸ਼ ਤੇ ਪੈਰ ਰੱਖਦੇ ਸੀਗੇ, ਸਭ ਤੋਂ ਪਹਿਲਾਂ ਯਾਦ ਠੰਡ ਦੀ ਆਉਂਦੀ ਸੀ ਜਾਂ ਸਿੱਧੂ ਦੀ ਆਉਂਦੀ ਸੀ? ਦੇਖੋ ਸਾਨੂੰ ਇਹ ਸੀ, ਮੈਂ ਗੱਲ ਕਰਨ ਲੱਗਿਆ ਭਾਵੁਕ ਵੀ ਹੋ ਰਿਹਾ, ਮੇਰਾ ਮਨ ਭਰ ਰਿਹਾ, ਕਿਉਂਕਿ ਸਾਨੂੰ ਇਹ ਸੀ ਵੀ ਜੇ ਅਸੀਂ ਸਾਨੂੰ ਉਸ ਹੁੰਦਾ ਹੋ ਲੈਣ ਦੋ, ਹੈ ਨਾ, ਅਸੀਂ ਚਾਹੁੰਦੇ ਸੀ ਵੀ ਉਹ ਮਾਂ ਦੀ ਜਿਹੜੀ ਉੱਤੇ ਰੌਣਕ ਆਵੇ, ਹੈ ਨਾ, ਉਸ ਘਰ ਦੇ ਵਿੱਚ ਉਹਨੇ ਕਿੰਨੀ ਮਿਹਨਤ ਨਾਲ ਬਹੁਤ ਵੱਡਾ ਘਰ ਉਸਾਰਿਆ ਸੀ, ਹੈ ਨਾ, ਉਹ ਮਾਂ ਬਾਪ ਦੀਆਂ ਬਹੁਤ ਸਾਰੀਆਂ ਆਸਾਂ ਸੀਗੀਆਂ, ਤਾਂ ਅਸੀਂ ਸਾਰਿਆਂ ਨੇ, ਮੈਂ ਨਹੀਂ ਲੱਖਾਂ ਲੋਕਾਂ ਨੇ ਹੋਰ, ਸਿਰਫ ਅਸੀਂ ਉਸ ਮਾਂ ਦੇ ਜਿਹੜੀ ਉੱਤੇ ਰੌਣਕ ਲਿਆਉਣ ਦੇ ਲਈ, ਜਾਂ ਕੋਈ ਸਾਡਾ ਕੋਈ ਫੇਮ ਜਾਂ ਕੋਈ ਦਿਖਾਵਾ ਨਹੀਂ ਸੀਗਾ, ਸਾਨੂੰ ਪਤਾ ਜੋ ਮੇਰੇ ਉੱਤੇ ਬੀਤੀ ਇੰਨੀ ਸਰਦੀ ਲੰਘੀ, ਮੈਂ ਵੱਡੇ ਵੱਡੇ ਸ਼ੋਅ ਵੀ ਆਪਣੇ ਨੰਗੇ ਪੈਰੀ ਗਿਆ, ਹੈ ਨਾ, ਬਹੁਤੇ ਲੋਕ ਮੈਨੂੰ ਬੋਲਦੇ ਵੀ ਰਹੇ, ਪਰ ਮੈਂ ਰਾਜ ਨੂੰ ਰਾਜ ਰੱਖਿਆ, ਮੈਂ ਬਿਲਕੁਲ ਨਹੀਂ ਦੱਸਿਆ। ਸਰਦੀਆਂ ਦੇ ਵਿੱਚ ਮੈਨੂੰ ਨਮੂਨੀਆ ਤੱਕ ਹੁੰਦਾ ਰਿਹਾ, ਮੇਰੀ TLC ਵੱਧਦੀ ਰਹੀ, ਮੇਰੀ ਗੱਡੀ ਦੇ ਵਿੱਚ ਹੀ ਡ੍ਰਿੱਪਾਂ ਮੇਰੇ ਲੱਗਦੀਆਂ ਰਹੀਆਂ, ਡਾਕਟਰ ਨੇ ਇੱਥੋਂ ਤੱਕ ਕਹਿਤਾ ਸੀ ਅਗਰ ਤੁਸੀਂ ਨਾ ਸੰਭਲੀ ਤਾਂ ਹੋ ਸਕਦਾ ਤੁਹਾਡੀ ਮੌਤ ਹੋ ਸਕਦੀ ਆ, ਕਿਉਂਕਿ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ। ਪਰ ਮੈਂ ਨਹੀਂ ਆਖਿਆ, ਕੋਈ ਗੱਲ ਨਹੀਂ, ਜੇ ਮੇਰੇ ਮਰਨ ਨਾਲ ਉਸ ਮਾਂ ਦਾ ਭਲਾ ਹੁੰਦਾ ਗਾ, ਉਸ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ, ਤਾਂ ਮੈਂ ਇਹ ਕੁਰਬਾਨੀ ਦੇਵਾਂਗਾ। ਬਿਮਾਰੀ ਦਿਖਦੀ ਹੈ ਕਿਉਂਕਿ ਤੁਹਾਡਾ ਵਜ਼ਨ ਵੀ ਬਹੁਤ ਜ਼ਿਆਦਾ ਘਟਿਆ। ਬਹੁਤ ਜ਼ਿਆਦਾ ਮੇਰਾ ਵਜ਼ਨ ਬੜਾ ਲੂਜ਼ ਹੋਇਆ, ਪਰ ਕੁਝ ਪਲਾਂ ਦੇ ਵਿੱਚ ਹੀ ਸਾਨੂੰ ਉਹ ਪੋਜ਼ਿਟਿਵ ਵੇਜ ਸਮਾਚਾਰ ਸਾਨੂੰ ਬਾਪੂ ਜੀ ਨੇ ਦੱਸਤਾ, ਕਹਿੰਦੇ ਵੀ ਆਪਣੀਆਂ ਅਰਦਾਸਾਂ ਪ੍ਰਵਾਨ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਨਹੀਂ ਅਸੀਂ ਗੋਲਿਆ, ਫਿਰ ਮੇਰੇ ਪੈਰਾਂ ਵਿੱਚ ਦੀ ਮੇਖਾਂ ਵੀ ਲੰਘਦੀਆਂ ਗਈਆਂ, ਕੱਚ ਵੀ ਲੰਘਦਾ ਗਿਆ, ਬੜਾ ਕੁਛ ਹੁੰਦਾ ਗਿਆ। ਫਿਰ ਸਾਨੂੰ ਹੋ ਗਿਆ ਵੀ ਨਹੀਂ, ਬਾਬੀ ਦਾ ਸਾਡਾ ਸਿੱਧੂ ਵਾਪਸ ਆ ਰਿਹਾ। ਇਹ ਅਸਲੀਅਤ ਹੈ, ਮੈਂ ਹੁਣੇ ਤੁਹਾਨੂੰ ਰਿਐਲਿਟੀ ਦੱਸੂਗਾ ਕਿ ਜਦ ਮੇਰੇ ਕੈਮਰਾ ਪਰਸਨ ਨੂੰ ਮੈਂ ਗੱਲ ਕੀਤੀ ਕਿ ਆਪਾਂ ਪਾਲ ਸਿੰਘ ਸਰਾਓ ਜੀ ਨੂੰ ਮਿਲਣਾ, ਮੈਂ ਤੁਹਾਡੇ ਨਾਲ ਗੱਲ ਕੀਤੀ, ਕਹਿੰਦੇ ਇਹ ਨਹੀਂ ਹੈਗੇ, ਉਹ ਥੋੜੇ ਜਿਹੇ ਭਾਰੀ ਨੇ, ਉਹ ਮੰਨੇ ਹੀ ਨਾ। ਦੇਖੋ ਸਟ੍ਰੈਸ ਬੜਾ ਸੀਗਾ, ਹੈ ਨਾ, ਪਰ ਹੁਣ ਸਾਡਾ ਖੁਸ਼ੀ ਦੇ ਵਿੱਚ ਵਜ਼ਨ ਘਟਿਆ, ਕਿਉਂਕਿ ਉਦਣ ਦੇ ਅਸੀਂ ਤਾਂ ਨੱਚ ਰਹੇ ਹਾਂ ਹਵੇਲੀ ਦੇ ਵਿੱਚ। ਦੇਖੋ ਜਦੋਂ ਮੈਨੂੰ ਫੋਨ ਆਇਆ ਸੀ 5:15 ਵੀ ਬੱਚੇ ਦਾ ਜਨਮ ਹੋ ਗਿਆ, ਤੇ ਮੈਂ ਤਾਂ ਉਸੇ ਟਾਈਮ ਹੀ, ਸਾਡੇ ਤਾਂ ਮਾਨਸਾ ਚ ਲੱਡੂ ਹੀ ਖਤਮ ਹੋ ਗਏ ਸੀਗੇ, ਤੇ ਬੜੀਆਂ ਖੁਸ਼ੀਆਂ ਮਨਾਈਆਂ। ਇਹਦੇ ਬਾਅਦ ਚਾਹ ਦੇ ਵਿੱਚ, ਹੈ ਨਾ, ਬਹੁਤ ਸਾਰੇ, ਹੁਣ ਮੈਂ ਵਿਦੇਸ਼ ਜਾਣ ਕਰਕੇ ਅਸੀਂ, ਨਹੀਂ ਤਾਂ ਇਹ ਸਮਾਗਮ ਜਿਹੜਾ 11 ਜੂਨ ਨੂੰ ਰੱਖਣਾ ਸੀ ਸਿੱਧੂ ਦੇ ਬਰਥਡੇ ਵਾਲੇ ਦਿਨ, ਪਰ ਅਸੀਂ ਸਾਰਿਆਂ ਨੇ ਬਾਹਰ ਜਾਣਾ, ਉਹਦੇ ਕਰਕੇ ਵੀ ਜਲਦ ਇੱਕ ਗਰਮੀ ਤੋਂ ਪਹਿਲਾਂ ਕਰਨ ਦੇ ਲਈ ਬਹੁਤ ਸਾਰੇ ਸਾਡੇ ਆਪਣੇ ਰੁਝੇਵੇਂ ਨੇ, ਸਾਡੇ ਆਪਣੇ ਪ੍ਰੋਜੈਕਟ ਨੇ, ਅਸੀਂ ਉਹਨਾਂ 'ਚ ਕਹਿੰਦੇ, ਉਹਦੇ ਕਰਕੇ ਸਮਾਗਮ ਅਸੀਂ ਬੜਾ ਜਲਦੀ ਅਤੇ ਬਿਨਾਂ ਕਿਸੇ ਪਲਾਨ ਤੋਂ ਰੱਖਿਆ ਗਿਆ ਸਾਨੂੰ ਕੁਝ ਦਿਨਾਂ ਦੇ ਵਿੱਚ। ਜਦੋਂ ਵੀ ਮੈਨੂੰ ਬਾਪੂ ਜੀ ਨੇ ਅਤੇ ਮਾਤਾ ਨੇ ਇਸ਼ਾਰਾ ਕਰਿਆ, ਕਹਿੰਦੇ ਬੇਟਾ ਤੁਸੀਂ ਸਮਾਗਮ ਰੱਖੋ, ਤਦ ਹੀ ਅਸੀਂ ਇਹ ਸਮਾਗਮ ਜਿਹੜਾ ਆਰੰਭ ਕਰਿਆ ਸੀ। ਛੋਟੇ ਸਿੱਧੂ ਨੂੰ ਮਿਲਿਓ ਹਲੇ ਤੱਕ? ਮਿਲੇ ਹੋ? ਬਿਲਕੁਲ ਬਿਲਕੁਲ ਮਿਲੇ ਹੋ, ਬੜਾ ਪਿਆਰਾ, ਹੈ ਨਾ, ਛੇੜਦੇ ਆ, ਸ਼ਰਾਰਤ ਕਰਦੇ ਆ ਜਦੋਂ ਉਦੋਂ, ਬਸ ਉਹ ਦੂਜਾ ਸਿੱਧੂ ਹੀ ਆ ਉਹ। ਜਦ ਪਹਿਲੀ ਵਾਰ ਹੱਥ ਲਾਇਆ, ਹੈ ਨਾ, ਐਂ ਲੱਗਿਆ ਕਿ ਮੈਂ ਵੱਡੇ ਸਿੱਧੂ ਨੂੰ ਫੜਿਆ, ਸਿੱਧੂ ਮੂਸੇ ਵਾਲੇ ਦਾ ਹੱਥ ਨਹੀਂ। ਦੇਖੋ ਜਦੋਂ ਮੈਂ ਗਿਆ ਨਾ, ਪਹਿਲਾਂ ਤਾਂ ਮੈਂ ਅੰਦਰ ਨਾ ਇੱਕ ਡਰ ਸੀਗਾ, ਹੈ ਨਾ, ਇੱਕ ਡਰ ਲਾ ਲਓ ਜਾਂ ਮੈਂ ਫੀਲਿੰਗ ਨਹੀਂ ਦੱਸ ਸਕਦਾ, ਹੈ ਨਾ, ਸਾਨੂੰ ਐਸ ਵੀ ਨਹੀਂ, ਅਸੀਂ ਹਜੇ ਨਹੀਂ ਮਿਲਣਾ, ਹੈ ਨਾ, ਕਿਉਂਕਿ ਉਹ ਦੇਖੋ ਜਦਕਿ ਮੈਂ ਦੇਖਿਆ ਤੱਕ ਨਹੀਂ ਸੀਗਾ, ਮੈਂ ਮਿਲਿਆ ਤੱਕ ਨਹੀਂ, ਮੈਨੂੰ ਫਿਰ ਵੀ ਉਹਦੇ ਵਿੱਚੋਂ ਇੱਕ ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਕਿੱਦਾਂ ਦੀ ਕੋਈ ਅਜੀਬ ਜਿਹੀ ਖਿੱਚ ਸੀ, ਹੈ ਨਾ, ਵੀ ਕੋਈ ਖਿੱਚ ਹੈ। ਮੈਂ ਮਾਤਾ ਨੂੰ ਵੀ ਉਸ ਟਾਈਮ ਮਿਲਿਆ, ਮੈਂ ਮਾਤਾ ਨੂੰ ਵੀ 15 ਦਿਨਾਂ ਬਾਅਦ ਮਿਲਿਆ, ਹੈ ਨਾ, ਜਦੋਂ ਮਿਲਿਆ ਮੈਨੂੰ, ਜਦੋਂ ਮੈਂ ਅਸੀਂ ਬੈਠੇ ਗੱਲਾਂ ਬਾਤਾਂ ਹੋਈਆਂ, ਮਾਤਾ ਜੀ ਨੇ ਆਪਣੇ ਹੱਥੀਂ ਮੈਨੂੰ ਖਾਣਾ ਪਾਣੀ ਚਾਹ ਪਾਣੀ ਪਿਆਇਆ, ਤਾਂ ਮੈਂ ਉਦੋਂ ਖੁਸ਼ੀ ਬਹੁਤ ਹੋਈ, ਕਿਉਂਕਿ ਵੀ ਅੱਜ, ਚਲੋ ਅੱਜ, ਹੈ ਨਾ, ਉਸ ਮਾਂ ਦੇ ਚਿਹਰੇ 'ਤੇ ਬਹੁਤ ਵੱਡੀ ਰੌਣਕ ਆ, ਖੁਸ਼ੀ ਹੈਗੀ, ਹੈ ਨਾ, ਦੁਬਾਰਾ ਹਵੇਲੀ ਦੇ ਵਿੱਚ ਉਹ ਰੌਣਕ ਆਈਆਂ ਨੇ। ਸੋ ਸਾਰਿਆਂ ਦੀਆਂ ਦੁਆਵਾਂ ਨੇ, ਮੇਰੀਆਂ ਇਕੱਲੀਆਂ ਨਹੀਂ, ਪੂਰੇ ਵਿਸ਼ਵ ਦੀਆਂ ਦੁਆਵਾਂ ਨੇ, ਹੈ ਨਾ, ਇਸ ਕਰਕੇ ਮੈਂ ਤਾਂ ਤੁਹਾਡੇ ਮਾਧਿਅਮ ਨੂੰ ਕਹੂੰਗੀ ਆਪਾਂ ਇਸੇ ਤਰ੍ਹਾਂ ਦੁਆਵਾਂ ਉਹਨਾਂ ਦੀ ਹੁਣ ਲੰਬੀ ਉਮਰ ਦੇ ਲਈ ਕਰੀਏ, ਉਸ ਬੱਚੇ ਦੀ ਤੰਦਰੁਸਤੀ ਲਈ ਕਰੀਏ, ਕਿਉਂਕਿ ਉਹ ਇਕੱਲਾ ਸਿੱਧੂ ਗਾਇਕ ਨਹੀਂ ਸੀਗਾ, ਉਹਨੇ ਸਾਡੇ ਪੰਜਾਬ ਦਾ ਕਿ ਸਾਡੇ ਵਿਸ਼ਵ ਦਾ ਬਹੁਤ ਕੁਝ ਸਵਾਰਨਾ ਸੀ। ਮੈਨੂੰ ਲੱਗਦਾ ਜੇ ਉਹਨੂੰ ਲੋਕ ਸਮਝ ਲੈਂਦੇ, ਹੈ ਨਾ, ਸਾਡੇ ਆਪਦੇ ਏਰੀਏ ਨਹੀਂ, ਸਾਡੇ ਆਪਦੇ ਇਲਾਕੇ ਨਹੀਂ, ਪਹਿਲਾਂ ਉਹਨੂੰ ਸਮਝਿਆ ਹੀ ਨਹੀਂ, ਉਹਦੇ ਜਾਣ ਤੋਂ ਬਾਅਦ ਸਮਝ ਆਈ ਸਾਰਿਆਂ ਨੂੰ, ਸਾਰਿਆਂ ਨੇ ਗੀਤ ਵੀ ਸੁਣੇ, ਸਭ ਕੁਝ ਸੁਣਿਆ, ਪਰ ਉਹ ਤਾਂ ਇੱਕ ਰੱਬੀ ਰੂਹ ਸੀ, ਉਹਦੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਇੱਦਾਂ ਦੀ ਗੱਲ ਨਹੀਂ ਸੀ, ਕੋਈ ਈਗੋ ਨਹੀਂ ਸੀ। ਹੁਣ ਵੀ ਜਦੋਂ ਦੇਖੋ ਤਾਂ ਮਾਂ ਬਾਪ ਸੀ ਵੀ ਸੇਮ ਗੱਲ ਹੀ ਹੈ, ਉਹ ਕਦੇ ਉਹਨਾਂ ਨੇ ਪੈਰ ਨਹੀਂ ਛੱਡੇ, ਉਹ ਉਸੇ 'ਚ ਡਾਊਨ ਟੂ ਅਰਥ,
ਅੱਜ ਵੀ ਉਮੀ ਨੇ, ਅੱਜ ਵੀ ਉਹਨਾਂ ਨੂੰ ਕੋਈ ਵਿਚਾਰ ਨਹੀਂ। ਜਦੋਂ ਮੈਂ ਮਿਲਣ ਗਿਆ ਮੈਂ ਕਿਹਾ ਵੀ ਨਹੀਂ ਮੈਂ ਜਾਣਾ ਨਹੀਂ, ਇਸ ਇਕੱਠਾਂ 'ਚ ਤੁਰੇ ਫਿਰਦੇ ਇਨਫੈਕਸ਼ਨ ਹੋ ਜਾਂਦੀ ਹੈ, ਬੱਚਾ ਛੋਟਾ ਗਾ, ਮਾਤਾ ਜੀ ਨੂੰ ਨਹੀਂ ਮਿਲਣਾ। ਪਰ ਉਹਨਾਂ ਨੇ ਕਿਹਾ ਨਹੀਂ, ਕਹਿੰਦੇ ਉਹਨਾਂ ਨੇ 1% ਵੀ ਨਹੀਂ ਰੋਕਿਆ। ਮੈਂ ਗਿਆ, ਮਿਲ ਕੇ ਆਇਆ, ਮੈਂ ਗੱਲਾਂ ਬੜੀਆਂ ਕਰਕੇ ਆਇਆ। ਬਸ ਤੁਸੀਂ ਭਾਵੁਕ ਤਾਂ ਹੋਣੇ ਜਾਂ ਤੁਸੀਂ ਦੁਬਾਰਾ ਮਿਲੋ, ਠੀਕ ਹੈ? ਹਾਂ ਬਿਲਕੁਲ, ਨਹੀਂ ਹੁਣ ਖੁਸ਼ੀ 'ਚ ਹੁਣ ਬਸ ਖੁਸ਼ੀ 'ਚ ਹੋਣਾ ਤੇ ਚੱਪਲਾਂ ਜਿਹੜੀ ਤੇ ਹੈਗੀਆਂ ਸੀ ਉਹ ਵਾਪਸ ਲੈਣ। ਹਾਂ ਦੇਖੋ ਸਾਡੇ ਮੁੰਡੇ ਸਾਰੇ ਆਪਣੇ ਹਨਾ, ਇਹ ਬ੍ਰਦਰ ਆ ਮੇਰਾ, ਸਾਰੀ ਮੇਰੀ ਟੀਮ ਦੇ ਮੈਂਬਰ ਨੇ, ਇਹਨਾਂ ਦੀਆਂ ਬੜੀਆਂ ਅਰਦਾਸਾਂ ਨੇ, ਇਹ ਭੱਜੇ ਫਿਰਦੇ ਨੇ। ਦੇਖੋ ਅੱਜ ਮੈਂ ਹੁਣੇ ਥੋੜ੍ਹਾ ਮਿੰਟ ਪਹਿਲਾਂ ਇਹਨਾਂ ਨੂੰ ਨਾਰਾਜ਼ ਹੋ ਕੇ ਹਟਿਆ ਵੀ ਸਮਾਗਮ ਐਡਾ ਵੱਡਾ, ਪਰ ਇਹ ਨਹਾਉਣਾ ਭੁੱਲ ਜਾਂਦੇ ਨੇ ਹਨਾ, ਤੇ ਆਪਦਾ ਸਭ ਕੁਛ ਕਿ ਕੋਈ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਹਨਾ। ਸੋ ਇਸ ਕਰਕੇ ਇਹਨਾਂ ਸਾਰਿਆਂ ਦਾ ਯੋਗਦਾਨ ਹੈ ਸਮਾਗਮ ਜੋ ਵੱਡਾ ਹੋ ਰਿਹਾ, ਤੇ ਮੇਨ ਇੱਕ ਤਾਂ ਕ੍ਰੈਡਿਟ ਆ ਜਿਹੜਾ ਇਹਨਾਂ ਲੋਕਾਂ ਨੂੰ ਜਾਂਦਾ। ਉਹ ਦੇਖੋ ਸਾਡਾ ਮੁੰਡੇ ਨੇ ਉਦੋਂ ਵੀ ਸਿੱਧੂ ਦੇ ਹੁੰਦੇ ਹੋਏ ਬੜੀਆਂ ਦੁਆਵਾਂ ਦਿੱਤੀਆਂ, ਤੇ ਉਹ ਕੇਕ ਅੱਜ ਇੱਕ ਨਵੀਂ ਚੀਜ਼ ਹੋਰ ਦਿਖਾਵਾਂਗੇ ਅਸੀਂ। ਜਿਹੜੀ ਗੱਡੀ ਸਿੱਧੂ ਨੂੰ ਸਭ ਤੋਂ ਵੱਧ ਪਿਆਰੀ ਸੀ ਫੋਰਚੂਨ, ਜਿਹਦੇ ਵਿੱਚ ਜਾਂਦਾ ਸੀ, ਅਸੀਂ ਉਸੇ ਗੱਡੀ ਦਾ ਕੇਕ ਬਣਾਇਆ ਜੋ ਅਸੀਂ ਕੱਟਣਾ, ਉਹੀ ਉਹਦੀਆਂ ਯਾਦਾਂ ਉਵੇਂ ਬਰਕਰਾਰ ਰੱਖਿਆ ਸੀ। 0008 0008 ਉਹੀ ਨੰਬਰ ਆ, ਤੁਹਾਨੂੰ ਦੇਖਦੇ ਹਾਂ ਜਦੋਂ ਵੀ ਸਮਾਗਮ ਸ਼ੁਰੂ ਹੁੰਦਾ। ਹਾਂਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ, ਤੇ ਅਸੀਂ ਵੀ ਦੇਖਦੇ ਰਹਾਂਗੇ ਕਿਸ ਤਰੀਕੇ ਦਾ ਸਮਾਗਮ ਹੁੰਦਾ ਹੈ। ਅੱਜ ਜਦ ਪਰਿਵਾਰ ਪਹੁੰਚਦਾ ਹੈ, ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਦੌੜਦੀ ਹੈ, ਤਾਂ ਉਸੇ ਤਰੀਕੇ ਨਾਲ ਜਿਹੜਾ ਹੈਗਾ ਉਹ ਇਹ ਕਾਰਜਕ੍ਰਮ ਜਿਹੜਾ ਹੈਗਾ ਉਹ ਜਾਰੀ ਰਹੇਗਾ।